ਜਿਸ ਪੁਲ ਦੇ ਉੱਤੇ ਅਸੀਂ ਖੜੇ ਆ ਉਹ ਪੁਲ ਤੇ ਥੋੜਾ ਜਿਹੀ ਕੰਮ ਹੋਣ ਵਾਲਾ ਸੀ ਜਿਸ ਕਰਕੇ ਲੋਕਾਂ ਨੂੰ ਬਦੀਨ ਹੋਣਾ ਪੈਂਦਾ ਕਿਸ਼ਤੀਆਂ ਸਫ਼ਰ ਕਰਨਾ ਪੈਂਦਾ ਪੁਲ ਧ ਘਾਰੇ ਆ ਜਿਹੜਾ ਪੁਲ ਦੱਸ ਰਿਹਾ ਸਰਕਾਰ ਨੂੰ ਕਿ ਸਰਕਾਰੇ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਬੋਲਿਆ ਦੁਗਿਆ ਜੀ ਅੰਕਲ ਹੋਰੀ ਤੁਸੀਂ ਵਿੱਚ ਦੀ ਲੰਕਿਆ ਹੋਂਦੇ ਆ ਨਾ ਕਿਹਾ ਜੀ ਮੈਂ ਵਿੱਚੋਂ ਨਾ ਕਿਹਾ ਜੀ ਹਾਂ ਨੂੰ ਖਤਰਾ ਗਾ ਕੁਝ ਵੀ ਹੋ ਸਕਦਾ ਹੈ ਉਹ ਸ਼ਰਮ ਜਿਉਂਦੀ ਹੁੰਦੀ ਹੁੰਦੀ ਸ਼ਾਇਦ ਆ ਚਾਰ ਢੋਲ ਤੁਸੀਂ ਦੇਖ ਰਹੇ ਹੋ ਆ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ فاਸਲੇ ਤੇ ਚਾਰ ਢੋਲ ਵੱਧ ਤੋਂ ਵੱਧ ਲੱਗਣੇ ਆ ਸੱਤ ਪਿੰਡ ਨੇ ਵਿਚਾਰੇ ਬਾਇਕਾਟ ਕਰਨਗੇ ਕਹਿੰਦੇ ਚੋਣਾਂ ਦਾ ਬਾਇਕਾਟ ਕਰਾਂਗੇ ਅਸੀਂ ਵੋਟਾਂ ਨਹੀਂ ਪਾਵਾਂਗੇ ਕਿਸੇ ਨੂੰ ਵੀ ਕਹਿੰਦੇ ਇੱਕ ਦੀ ਗੱਲ ਨਹੀਂ ਸਰਕਾਰ ਓਰੇ 10 ਸਾਲ ਕਾਲੀਆਂ ਦੀ ਰਹੀ 5 ਸਾਲ ਕਾਂਗਰਸ ਦੀ ਰਹੀ ਆ ਉਹ ਢੋਲ ਪਿਆ ਦੇਣਗੇ ਵੋਟਾਂ ਚ ਲੀਡਰ ਆ ਢੋਲ ਨਹੀਂ ਪਾਉਣਗੇ ਪਰ ਮਰਜ਼ੀ ਆ ਕੁਰਸੀ ਰੌਂਡ ਜੇ ਕੁਰਸੀ ਮਰਜ਼ੀ ਬਾਫਾਈ ਦੇਣ ਮੈਨੀਫੈਸਟੋ ਕਮੇਟੀਆਂ ਆ ਮੈਨੀਫੈਸਟੋ ਕਮੇਟੀਆਂ ਆ ਦਰਿਆ ਦੀ ਹਾਲ ਦੇਖਣ ਨ ਮਕੌੜਾ ਪਿੰਡ ਚ ਰਾਵੀ ਦਰਿਆ ਤੇ ਖੜੇ ਆ ਸੀ ਆ ਇਹ ਤੇ ਪਾਣੀ ਥੋੜਾ ਹੈ ਜੇ ਬਰਸਾਤ ਦੇ ਵਿੱਚ ਕੇ ਵੀ ਗਲਗਲ ਪਾਣੀ ਨਿਕਣੇ ਜਾਂਦੇ ਬੰਦਾ ਉਹ ਤੇ ਫਪਾ ਜਾ ਗੜ ਜਾਂਦੇ ਤੇ ਲੇਖ ਕੇ ਦੇ ਦਿੰਦੇ ਪੁਲ ਵੱਜਣਾ ਪਤਾ ਨਹੀਂ ਵੱਜਣਾ ਕਦੋਂ ਸਾਡੇ ਮਰਨ ਤੋਂ ਬਾਅਦ ਵੱਜੇ ਪਤਾ ਕੋਈ ਨਹੀਂ ਆਹੀ ਦੇ ਵਿੱਚ ਸੁਣਦੇ ਸੁਣਦੇ ਬੁੱਢੇ ਹੋ ਗਏ ਛੱਟੀਆਂ ਡਾੜੀਆਂ ਹੋ ਗਈਆਂ ਜੀ ਹਾਂ ਜੀ ਜਦੋਂ ਦਾ ਜਨਮ ਹੋਇਆ ਆਹੀ ਸੁਣਦੇ ਆ ਰਹੇ ਆ ਜੀ ਪੁਲ ਨਹੀਂ ਵੱਜਿਆ ਜੀ ਇਥੋਂ ਤੱਕ ਵਿਚਾਰੇ ਕਹਿੰਦੇ ਆ ਜੇ ਨਹੀਂ ਸੁਣਨੀ ਪਾਕਿਸਤਾਨ ਨੂੰ ਭੇਜ ਦੋ ਸਾਡੇ ਉਰੇ ਬੜਾ ਡਾਇਲੌਗ ਮਸ਼ਹੂਰ ਹੋਇਆ ਹੋਇਆ ਵੱਡੇ ਵੱਡੇ ਲੀਡਰ ਕਹਿੰਦੇ ਆ ਜੋ ਕੋਈ ਥੋੜੀ ਜੀ ਗੱਲ ਕਰਦਾ ਪਾਕਿਸਤਾਨ ਭੇਜ ਦਾਂਗੇ ਪਾਕਿਸਤਾਨ ਭੇਜ ਦਾਂਗੇ ਇਹ ਵਿਚਾਰੇ ਆਪ ਵੀ ਕਹਿੰਦੇ ਹੈਗੇ ਅੰਕਲ ਹੋਰਾਂ ਨੇ ਆਪਣਾ ਘਰ ਸ਼ਿਫਟ ਕਰ ਲਿਆ ਦਰਿਆ ਤੋਂ ਪਾਰ ਤਾਂ ਕਿ ਬੱਚੇ ਪੜ੍ਹਾ ਲਈਏ ਕਹਿੰਦੇ ਸਾਡੀ ਤਾਂ ਜਹੀ ਜੀ ਲੰਗਣੀ ਸੀ ਲੰਘੀ ਬੱਚੇ ਤਾਂ ਪੜ੍ਹਾ ਲਈਏ ਤੁਹਾਡੇ ਬੱਚੇ ਆਣ ਪੜ੍ਹ ਪਹਿਲੇ ਸਾਡੀ ਦੇ ਲੰਘੀ ਅੱਗੇ ਹੁਣ ਜਗ੍ਹਾ ਮੁੱਲਿਆ ਦਾ ਭਰਾਵ ਘਰ ਪਾਏ ਨਾ ਜੀ ਇਹ ਨਹੀਂ ਪਾਈ ਚਾਰਾ ਬਨਾਲ ਸਾਪੀ ਲੜ ਜੇ ਜੀ ਰਾਰ ਕੌਣ ਜੰਮ ਰਸਿਆ ਗੀ ਜ਼ਿੰਦਗੀਆਂ ਦਾ ਨੁਕਸਾਨ ਆ ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ ਗਾਲिब ਨੇ ਲਿਖਿਆ ਸੀ ਕਾਬਾ ਕਿਸ ਮੂੰਹ ਸੇ ਜਾਓਗੇ ਗਾਲिब ਸ਼ਰਮ ਤੁਮ ਕੋ ਮਗਰ ਆਤੀ ਨਹੀਂ ਸਾਡੀਆਂ ਸਰਕਾਰਾਂ ਤੇ ਸ਼ੇਰ ਟੁਕਦਾ ਹੈ ਸ਼ਰਮ ਸਾਡੀਆਂ ਸਰਕਾਰਾਂ ਨੂੰ ਆਉਂਦੀ ਨਹੀਂ ਜਿਉਂਦੀ ਹੁੰਦੀ ਤਾਂ ਸ਼ਾਇਦ ਜਿਸ ਪੁੱਲ ਦੇ ਉੱਤੇ ਅਸੀਂ ਖੜੇ ਆਂ ਉਹ ਪੁਲ ਤੇ ਥੋੜਾ ਜਿਹੀ ਕੰਮ ਹੋਣ ਵਾਲਾ ਸੀ ਜਿਸ ਕਰਕੇ ਲੋਕਾਂ ਨੂੰ ਬਦੀਨ ਹੋਣਾ ਪੈਂਦਾ ਕਿਸ਼ਤੀਆਂ ਸਫਰ ਕਰਨਾ ਪੈਂਦਾ ਸਾਹਮਣੇ ਕਿਸ਼ਤੀ ਸਫਰ ਚੱਲ ਰਹੀ ਹੈ ਕਿਸ਼ਤੀ ਤੁਹਾਨੂੰ ਦਿਖਾਈ ਵੀ ਸੀ ਅਸੀਂ ਤੇ ਇੱਥੇ ਤੁਹਾਨੂੰ ਉਹ ਪੁਲ ਦਿਖਾ ਰਹੇ ਹਾਂ ਜਿਹੜਾ ਪੁਲ ਦੱਸ ਰਿਹਾ ਸਰਕਾਰ ਨੂੰ ਕਿ ਸਰਕਾਰੇ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਸ਼ਰਮ ਆਉਂਦੀ ਹੁੰਦੀ ਸ਼ਾਇਦ ਇਹ ਨਾ ਹੁੰਦਾ ਕੇਂਦਰ ਦੀਆਂ ਸਰਕਾਰਾਂ ਹੋਣ ਪੰਜਾਬ ਦੀਆਂ ਸਰਕਾਰਾਂ ਹੋਣ ਲੋਕਾਂ ਦੇ ਮਸਲੇ ਉਵੇਂ ਦੇ ਉਵੇਂ ਤੁਹਾਨੂੰ ਦਿਖਾਉਂਦੇ ਆ ਆ ਪੁਲ ਤੇ ਆ ਢੋਲ ਜਿਹੜੇ ਲੱਗੇ ਹੋਏ ਨੇ ਕੀ ਕਹਿੰਦੇ ਨੇ ਇਹਨਾਂ ਨੂੰ ਅਕਲ ਢੋਲ ਜੀ ਢੋਲ ਢੋਲ ਕਹਿੰਦੇ ਆ ਹਾਂਜੀ ਸਰ ਢੋਲ ਕਹਿੰਦੇ ਢੋਲ ਢੋਲਾ ਆ ਜਿਹੜੇ ਢੋਲ ਲੱਗੇ ਹੋਏ ਨੇ ਇਹ ਢੋਲ ਆ ਜਿਹੜੇ ਇਹ ਚਾਰ ਢੋਲ ਹੋਰ ਲੱਗਣੇ ਨੇ ਤੁਸੀਂ ਦੇਖ ਲਓ ਮੈਂ ਪਿੱਛੇ ਤੱਕ ਤੁਸੀਂ ਸ਼ਾਟ ਦੇਖ ਰਹੇ ਹੋਵੋਗੇ ਕਿ ਪਿੱਛੇ ਤੱਕ ਪੁਲ ਹੈ ਆ ਢੋਲ ਨੇ ਮੈਂ ਕਹੂੰਗਾ ক্লোਜ਼ ਕਰਕੇ ਦਿਖਾ ਦਿਓ ਆ ਢੋਲ ਦੇਖੋ ਇੱਕ ਢੋਲ ਦੋ ਢੋਲਾ ਸਾਰੇ ਢੋਲ ਲੱਗੇ ਹੋਏ ਨੇ ਤੁਰ ਤੱਕ ਲੱਗੇ ਹੋਏ ਨੇ ਦਿਖਾ ਦਿਓ ਤੁਰ ਤੱਕ ਕਾ ਪੁਲਾਗਾ ਆ ਢੋਲ ਲੱਗੇ ਹੋਏ ਨੇ ਸਿਰਫ ਚਾਰ ਪੰਜ ਢੋਲ ਹੋਰ ਲੱਗਣੇ ਆ ਲੋਕਾਂ ਦਾ ਗੰਨਾ ਰੁਕਿਆ ਪਿਆ ਟਰਾਲੀਆਂ ਦੀਆਂ ਟਰਾਲੀਆਂ ਗੰਨਿਆਂ ਦੀਆਂ ਖੜੀਆਂ ਨੇ ਕੋਈ ਰਾਤ ਨੂੰ ਬਿਮਾਰ ਹੋ ਜੇ ਕਿਸ਼ਤੀ ਬੰਦ ਹੋ ਜਾਂਦੀ ਹੈਗੀ ਦਿਨ ਚ ਐਡਾ ਵੱਡਾ ਨੁਕਸਾਨ ਆ ਲੋਕਾਂ ਦਾ ਜ਼ਿੰਦਗੀਆਂ ਦਾ ਨੁਕਸਾਨ ਆ ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ ਔਰ ਇਹ ਤਸਵੀਰਾਂ ਚੋਣਾ ਚ ਹੀ ਦਿਖਾਉਣੀਆਂ ਚਾਹੀਦੀਆਂ ਨੇ ਕਿਉਂਕਿ ਚੋਣਾ ਚ ਹੁਣ ਵੱਡੇ ਵੱਡੇ ਮੈਨੀਫੈਸਟੋ ਬਣਨਗੇ ਵੱਡੇ ਵੱਡੇ ਲੈਕਚਰ ਦਿੱਤੇ ਜਾਣਗੇ ਪਰ ਜਿਵੇਂ ਗਾਲिब ਨੇ ਲਿਖਿਆ ਸੀ ਸ਼ਰਮ ਤੁਮਕੋ ਮਗਰ ਆਤੀ ਨਹੀਂ ਉਹ ਸ਼ਰਮ ਜਿ ਆਉਂਦੀ ਹੁੰਦੀ ਸ਼ਾਇਦ ਆ ਚਾਰ ਢੋਲ ਤੁਸੀਂ ਦੇਖ ਲਓ ਆ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਫਾਸਲੇ ਤੇ ਚਾਰ ਢੋਲ ਵੱਤ ਤੋਂ ਵੱਤ ਲੱਗਣੇ ਆ ਆ ਤੁਸੀਂ ਦੇਖੋ ਅੱਗੇ ਆ ਕੇ ਮੈਂ ਕਹੂੰਗਾ ਬਲਿੰਦਰ ਨੂੰ ਦਿਖਾਉਣਗੇ ਚਾਰ ਢੋਲ ਲੱਗਣੇ ਆ ਬਸ ਅੱਗੇ ਪਰ ਕਿਉਂਕਿ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਇਸੇ ਕਰਕੇ ਇਹਨਾਂ ਪਿੰਡਾਂ ਦੇ ਸੱਤ ਪਿੰਡ ਨੇ ਵਿਚਾਰੇ ਬਾਈਕਾਟ ਕਰਨਗੇ ਕਹਿੰਦੇ ਚੋਣਾਂ ਦਾ ਬਾਈਕਾਟ ਕਰਾਂਗੇ ਅਸੀਂ ਵੋਟਾਂ ਨਹੀਂ ਪਾਵਾਂਗੇ ਕਿਸੇ ਨੂੰ ਵੀ ਕਹਿੰਦੇ ਇੱਕ ਦੀ ਗੱਲ ਨਹੀਂ ਸਰਕਾਰ ਉਰੇ 10 ਸਾਲ ਕਾਲੀਆਂ ਦੀ ਰਹੀ 5 ਸਾਲ ਕਾਂਗਰਸ ਦੀ ਰਹੀ ਉਸ ਤੋਂ ਪਹਿਲਾਂ ਸਰਕਾਰਾਂ ਕੈਪਟਨ ਮਨਿੰਦਰ ਸਿੰਘ ਉਸ ਤੋਂ ਪਹਿਲਾਂ ਬਥੇਰੀਆਂ ਸਰਕਾਰਾਂ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਵਿਚਾਰਿਆਂ ਦਾ ਗੰਨੇ ਦੀਆਂ ਟਰਾਲੀਆਂ ਰੁਕੀਆਂ ਪਈਆਂ ਨੇ ਬਹੁਤ ਹੀ ਆਮ ਲੋਕ ਸਾਦੇ ਲੋਕ ਇੱਥੋਂ ਤੱਕ ਵਿਚਾਰੇ ਕਹਿੰਦੇ ਆ ਜੇ ਨਹੀਂ ਸੁਣਨੀ ਪਾਕਿਸਤਾਨ ਨੂੰ ਭੇਜ ਦੋ ਸਾਡੇ ਉਰੇ ਬੜਾ ਡਾਇਲੌਗ ਮਸ਼ਹੂਰ ਹੋਇਆ ਹੋਇਆ ਵੱਡੇ ਵੱਡੇ ਲੀਡਰ ਕਹਿੰਦੇ ਆ ਜੋ ਕਿ ਥੋੜੀ ਜੀ ਗੱਲ ਕਰਦਾ ਪਾਕਿਸਤਾਨ ਭੇਜ ਦਾਂਗੇ ਪਾਕਿਸਤਾਨ ਭੇਜ ਦਾਂਗੇ ਇਹ ਵਿਚਾਰੇ ਆਪ ਹੀ ਕਹਿੰਦੇ ਹੈਗੇ ਕਹਿੰਦੇ ਜੇ ਸਾਡਾ ਕੋਈ ਗੱਲ ਨਹੀਂ ਸੁਣਨੀ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਨੂੰ ਪਾਕਿਸਤਾਨ ਭੇਜ ਦੋ ਦਰਦ ਚ ਕਹਿ ਰਹੇ ਨੇ ਇਹਨਾਂ ਤੋਂ ਵੱਡਾ ਨੈਸ਼ਨਲਿਸਟ ਕੋਈ ਨਹੀਂ ਆ ਇੱਥੇ ਜੰਗਾਂ ਹੋਈਆਂ ਨੇ ਯੁੱਧ ਹੋਏ ਨੇ 1971 ਦੀ ਜੰਗ 65 ਦੀ ਜੰਗ ਇਹਨਾਂ ਨੇ ਜੰਗਾਂ ਦੇਖੀਆਂ ਨੇ ਜੰਗਾਂ ਲੜੀਆਂ ਨੇ ਇਸੇ ਦੇਸ਼ ਦੇ ਲਈ ਪਰ ਦੁਖੀ ਹੋ ਕੇ ਕਹਿੰਦੇ ਨੇ ਅੰਕਲ ਹਾਂਜੀ ਤੁਹਾਨੂੰ ਬਹੁਤ ਜਿਆਦਾ ਜੀ ਬਹੁਤ ਜਿਆਦਾ ਦੁਖੀ ਆਏ ਜੀ ਹਾਂ ਜਿੰਨੇ ਅਸੀਂ ਦੁਖੀ 15 16 ਸਾਲ ਦਾ ਬੱਚਾ ਜਿਹੜਾ ਮੋਟਰਸਾਈਕਲ ਲੈਣ ਜਾ ਰਿਹਾ ਜਿਹੜੀ 16 ਸਿਆਣੀ ਜਨਾਨੀ ਉਹ ਨਹੀਂ ਇਧਰ ਆ ਸਾਦੀ ਜੀ ਮੁੜੇ-ਘੁੜੇ ਦਾ ਕੰਮ ਹੈ ਬੱਚੇ-ਬੱਚੇ ਤੁਸੀਂ ਇੱਥੋਂ ਅੰਕਲ ਹੋਰਾਂ ਨੇ ਆਪਣਾ ਘਰ ਸ਼ਿਫਟ ਕਰ ਲਿਆ ਦਰਿਆ ਤੋਂ ਪਾਰ ਤਾਂ ਕਿ ਬੱਚੇ ਪੜ੍ਹਾ ਲਈਏ ਕਹਿੰਦੇ ਸਾਡੀ ਤਾਂ ਜਹੀ ਜੀ ਲੰਗਣੀ ਸੀ ਲੰਘੀ ਬੱਚੇ ਤਾਂ ਪੜ੍ਹਾ ਲਈਏ ਸਾਡੇ ਬੱਚੇ ਆਣ-ਪੜ੍ਹ ਪਹਿਲੇ ਸਾਡੀ ਦੇ ਲੰਘੀ ਅੱਗੇ ਹੁਣ ਜਗਾ ਮੋਲ ਲਾ ਲਖ ਭਰਾਬਰ ਘਰ ਪਾਏ ਨਹੀਂ ਤਾਂ ਕਿ ਬੱਚਿਆਂ ਨੂੰ ਪੜ੍ਹਾ ਲਵਾਂ ਉੱਥੇ ਟੀਚਰ ਵੀ ਨਹੀਂ ਜਾ ਸਕਦਾ ਤੇ ਮੀਂਹ ਪੈ ਜਾਂਦਾ ਝੜੀ ਲੱਗ ਜਾਂਦੀ ਹੈ ਦਰਿਆ 'ਚ ਜ਼ਿਆਦਾ ਪਾਣੀ ਆਜੇ ਰਾਵੀ ਦਰਿਆ ਤੇ ਖੜਿਆ ਪਿੱਛੇ ਰਾਵੀ ਦਰਿਆਗਾ ਬਰਸਾਤ ਦੇ ਪਿਛਾੜੇ ਨਹੀਂ ਹਾਲਤ ਮਾੜੀ ਆਂਦੀ ਹੈ ਹੂੰ ਐ ਨਹੀਂ ਹਾਲਤ ਬਰਸਾਤ ਛਾ ਅਜੇ ਛੋਟੀ ਝੜੀ ਲੱਗੇ ਤੈਨਾਂ ਤਿੰਨ ਦਿਨ ਸਾਡਾ ਨਸਾ ਬੰਦ ਹੋ ਗਈ ਜੀ 6 ਵਜੇ ਬੇੜੀ ਵੱਜਣੀ ਚ ਰਾਤ ਨੂੰ 22 ਚਾਂਦ ਕੋ ਆ ਵੀ ਨਹੀਂ ਬਣ ਜਾ ਕਿਧਰ ਹੋਈਏ ਪਾਲੀਆਂ ਵੀ ਟਰਾਲੀਆਂ ਕਮਾਦ ਲੈਦੀਆਂ ਖੜੀਆਂ ਨਾ ਅੱਗੇ ਰਸਤਾ ਕੋਈ ਨਹੀਂ ਹੈ ਅਜੇ ਪੁਲ ਦਾ ਪਰ ਸੰਦ ਕੋਈ ਨਹੀਂ ਕਿਦਾਂ ਵੱਜਣਾ ਕਿਦਾਂ ਨਹੀਂ ਵੱਜਣਾ ਜੀ ਸੱਤ ਇਨੇ ਲਾ 8 ਢੋਲ ਆ ਪੰਜ ਕਿੰਨੇ ਕ ਚਾਰ ਢੋਲ ਲੱਗਣੇ ਹੋਣਗੇ ਅੱਗੇ ਚਾਰ ਢੋਲ ਪੈਣੇ ਜੀ ਚਾਰ ਢੋਲ ਪੈਣੇ ਜੀ ਬਿਲਕੁਲ ਸਾਡੇ ਬੇਰੁਜ਼ਗਾਰੂ ਦੇ ਢੋਲ ਪਿਆ ਦੇਣਗੇ ਵੋਟਾਂ ਚ ਲੀਡਰ ਆ ਟੋਲ ਨਹੀਂ ਪਾਉਣਗੇ ਪਰ ਮਰਜੀ ਆ ਕੁਰਸੀ ਰੌਂਡ ਦੇ ਕੁਰਸੀ ਮਿਲ ਜੇ ਪਾ ਤੁਨੇ ਜੁਰਸੀਆਂ ਹੀ ਲਾ ਦੇ। ਤੁਸੀਂ ਫਿਰ ਆਪ ਪ੍ਰਬੰਧ ਕਰਦੇ ਹੋ ਫਿਰ ਜੇ ਹੁਣ ਤੁਸੀਂ ਨਹੀਂ ਕਰਦੇ ਸਰਕਾਰ ਕਰੂਗੀ ਨਹੀਂ ਫਿਰ ਆਪ। ਆ ਰੈਂਪ ਆਪ ਬਣੇ ਜਿੱਦੋ ਰੋਡ ਦਾ ਰੈਂਪ ਆਪ ਬਣੇ ਜੀ ਗ੍ਰਾਈ ਕਰਕੇ। ਆ ਢੋਲ ਫਿਰੇ ਬੱਲੇ ਆਉਣੇ ਕਿਦੋਂ ਬਾਹਰੋਂ ਲਿਆਉਣਾ। ਨਹੀਂ ਢੋਲ ਤੇ ਸਰਕਾਰੀ ਦੇਗੀ ਜੀ। ਹੂੰ। ਫੇ ਦੌੜ ਭੱਜ ਕਰਨੇ ਪੈਂਦੀ ਆ। ਅੱਛਾ। ਹਾਂਜੀ। ਆ ਪੈਸੇ ਇਕੱਠੇ ਕਰਕੇ ਦੇ ਦੇਣੇ ਫਿਰ। ਨਹੀਂ ਢੋਲਾਂ ਦੇ ਪੈਸੇ ਨਹੀਂ ਦਿੰਦੇ ਜੀ ਇਹ ਐਰ ਰੈਂਪ ਬਣੇ ਦਾ। ਅੱਛਾ। ਢੋਲ ਤੇ ਸਰਕਾਰ ਭੇਜਦੀ ਆ। ਹਾਂਜੀ ਇਹ ਪਤਲ ਸਰਕਾਰੀ ਆ ਜੀ ਤੁਸੀਂ ਵੀ ਇਹੀ ਦੇਖਦੇ ਆਇਓ ਇੱਥੇ ਨਹੀਂ ਆਂ ਹਾਂਜੀ ਹਾਂਜੀ ਅਸੀਂ ਵੀ ਆਈ ਬਹੁਤ ਚਿਰ ਤੋਂ ਜੀ 10 15 ਸਾਲ ਹੋ ਗਿਆ ਜੀ ਆਹੀ ਆਹੀ ਹਾਲ ਆ ਜੀ ਇਤੋਂ ਆਈ ਤੁਹਾਡੇ ਪਿੰਡ ਨਾਲ ਹੀ ਨੇ ਹਾਂ ਸਾਡਾ ਪਿੰਡ ਪਰਲੇ ਪਾਸੇ ਆ ਪਰ ਇਧਰ ਆਉਂਦਾ ਬਹੁਤ ਮਤਲਬ ਮੁਸ਼ਕਲ ਹੁੰਦੀ ਆਾਨੂੰ ਬਹੁਤ ਔਖਾ ਆ ਜੀ ਬਹੁਤ ਔਖਾ ਤੁਸੀਂ ਦੇਖ ਹੀ ਰਹੇ ਹੋ ਦੇਖ ਹੀ ਰਹੇ ਮਾੜੀ ਜੀ ਬਰਖਾਈ ਆ ਤੇ ਪੂਰਾ ਸਭ ਕੁਝ ਤੈ ਨਾ ਹੋ ਗਿਆ ਅੰਕਲ ਇੱਥੋਂ ਵਿਚਾਰੇ ਆ ਭਿੱਜਾ ਪਿਆ ਤੁਸੀਂ ਦੇਖੋ ਅੰਕਲ ਘਰੇ ਜ਼ਰੂਰੀ ਸੀ ਜਾਣਾ ਹੁਣੇ ਅਸੀਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਜ਼ਰੂਰ ਕਹਿ ਕੇ ਜਾਓ ਆਪਣੀ ਗੱਲ ਅੰਕਲ ਹੋਰੀ ਤੁਸੀਂ ਵਿੱਚ ਦੀ ਲੰਘ ਕੇ ਆਉਂਦਿਆ। ਲੰਘਿਆ ਜੀ ਮੈਂ ਵਿੱਚੋਂ ਲੰਘਿਆ ਜੀ। ਜਾਨ ਨੂੰ ਖਤਰਾ ਗਾ ਕੁਝ ਵੀ ਹੋ ਸਕਦਾ। ਹੁਣ ਠੰਡ ਦੇ ਵਿੱਚ ਪੈਰ ਪਾਣ ਦੀ ਜੀ ਨਹੀਂ ਕਰਦਾ ਵੀ। ਹੂੰ। ਤੇ ਹਣ ਨੰਗਣੇ ਪੈ ਮਜਬੂਰੀ ਆਨੋ ਜੀ। ਹੂੰ। ਆ ਜਿੱਥੇ ਪਾਣੀ ਥੋੜਾ ਹੀ ਹੈ ਜੇ ਬਰਸਾਣ ਦੇ ਵਿੱਚ ਕਈ ਵਾਰ ਗਲਗਲ ਪਾਣੀ ਨੰਘ ਕੇ ਜਾਣੇ ਪੈਂਦਾ। ਹੂੰ। ਕਈ ਵਾਰ ਬੇੜੀ ਨੰਗ ਜਾਂਦੀ ਹੈ। ਆ ਸਾਰੇ ਲੀਡਰ ਸਾਰੇ ਮੈਨੀਫੈਸਟੋ ਬਣਾਉਣ ਵਾਲੀਆਂ ਕਮੇਟੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਨੇ ਮੈਨੀਫੈਸਟੋ ਕਮੇਟੀਆਂ ਆ ਮੈਨੀਫੈਸਟੋ ਕਮੇਟੀਆਂ ਆ ਦਰਿਆ ਦੀ ਹਾਲ ਦੇਖਣ ਮਕੌੜਾ ਪਿੰਡ 'ਚ ਰਾਵ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਮੈਨੀਫੈਸਟੋ ਕਮੇਟੀ ਵਾਲੇ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਉਹ ਸਟੇਜਾਂ ਤੇ ਉਹ ਜ਼ਰੂਰ ਸੁਣ ਲਿਓ ਸਾਰੀਆਂ ਪਾਰਟੀਆਂ ਦੇ ਲੀਡਰੋ ਤਾਂ ਕਿ ਲੋਕਾਂ ਨੂੰ ਕੋਈ ਰਾਹਤ ਮਿਲੇ ਤੇ ਹੁਣ ਕੋਈ ਕਦੇ ਵਾਅਦੇ ਕਰ ਜਾਂਦੇ ਨੇ ਬਹੁਤ ਸਾਰੇ ਆਉਂਦੇ ਨੇ ਮਾਰਾ 20 ਸਾਲ ਹੋ ਗਏ ਨਾ ਸੁਣਦੇ ਆ ਪੈਸੇ ਮਜੂਰ ਇਹ ਪੁਲ ਵੱਜਣਾ ਪੁਲ ਵੱਜਣਾ ਹੂੰ ਉੱਥੇ ਜਖਾਂ ਪਾ ਜਾ ਗੜ ਜਾਂਦੇ ਲੋ ਲਿਖ ਕੇ ਦੇ ਦਿੰਦੇ ਪੁਲ ਵੱਜਣਾ ਪਤਾ ਨਹੀਂ ਪੱਛਣਾ ਕਦੋਂ ਆਹੀ ਮਰ ਜਾਗੇ ਤੁਸੀਂ ਲਿਖਿਆ ਵੀ ਹੋਇਆ ਮੈਨੂੰ ਲੱਗਦਾ ਆ ਲਿਖਾ ਜੀ ਤੁਹਾਡੇ ਮਰਨ ਤੋਂ ਬਾਅਦ ਬਾਜੇ ਦਾ ਪਤਾ ਕੋਈ ਨਹੀਂ ਆਹੀ ਸੁਣਦੇ ਹਾਂਜੀ ਇਹੀ ਆ ਹੈ ਹਾਂ ਇਹੀ ਹਾਲ ਹੈ 15 20 ਸਾਲ ਸੁਣਦੇ ਆ ਰਹੇ ਹਾਂ ਜੋ ਹਾਂ ਜਦੋਂ ਤੇ ਆਦਾ ਹਾਂ ਹਾਂਜੀ ਜਦੋਂ ਦਾ ਜਨਮ ਹੋਇਆ ਹੈ ਇਹੀ ਸੁਣਦੇ ਆ ਰਹੇ ਹਾਂ ਜੀ ਪੁੱਲ ਨਹੀਂ ਬਜਿਆ ਹਜੇ ਹਾਂਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਇੱਧਰ ਹੁਣ ਅਸੀਂ ਪਾਰ ਜਾਣਾ ਦੱਸੋ ਕਿੱਦਾ ਜਾਈਏ ਹੁਣ ਕਿੱਦਾ ਇਜਾਜ਼ਤ ਨਹੀਂ ਹੁਣ ਬੇੜੀ ਆ ਬੇੜੀ ਇਹ ਕੌਣ ਫੇਰ ਉਧਰ ਗਈ ਹੈ ਹੁਣ ਜੇਲੇ ਨੂੰ ਉਧਰ ਨੂੰ ਆਣੇ ਹਨੇਰਾ ਹੋ ਜਾਣਾ ਰਾਤ ਫੇਰ ਪੇੜੀ ਬੰਦ ਹੋਈ ਨਹੀਂ ਫੇਰ ਆਣਾ ਜਾਣਾ ਵੀ ਬੰਦ ਹੋ ਜਾਂਦਾ ਜੇ ਕੋਈ ਬੰਦਾ ਬਿਮਾਰ ਹੋ ਜਾਏ ਉਧਰੋਂ ਤੇ ਇੱਧਰ ਆਣਾ ਬਹੁਤ ਮੁਸ਼ਕਲ ਹੋ ਜਾਂਦਾ ਸੱਪ ਲੜ ਜੇ ਕਿਸੇ ਦੇ ਤੁਸੀਂ ਸਹੀ ਗੱਲ ਹੈ ਕੁਝ ਵੀ ਹੋ ਸਕਦਾ ਤੁਸੀਂ ਪਾਣੀ ਬਿਜਲੀ ਲੰਘ ਕੇ ਹੋ ਇੱਥੇ ਕੁਝ ਵੀ ਹੋ ਸਕਦਾ ਜੀ ਬਾਈ ਚਾਰਾ ਬਣਾ ਕੇ ਸਾਪ ਹੀ ਲੜ ਜੇ ਜੀ ਰਾਤ ਕੌਣ ਜੰਮ ਰਸਿਆ ਆ ਗਏ ਤੇ ਸਰਕਾਰ ਕਹਿੰਦੀ ਉਹ ਤਾਂ ਬੰਦਾ ਜਾ ਹੀ ਨਹੀਂ ਸਕਦਾ ਇਧਰਲੇ ਪਾਸੇ ਸਰਕਾਰ ਕਹਿੰਦੀ ਫਾਨੂੰ ਕੁਰਸੀ ਮਿਲ ਜੇ ਮੁੜ ਕੇ ਸੁਣਦਾ ਕੋਈ ਨਹੀਂ ਨਾ ਕੋ ਆਂਜ ਰਾਜੀ ਨਾ ਉਹਨੇ ਤਾਂ ਆਣਾ ਜਿੰਨੇ ਵੋਟਾਂ ਲੈਣੀਆਂ ਨੇ ਮੁੜ ਕੇ ਕਿਹਨ ਟਪਣੇ ਨਹੀਂ ਕਦੇ ਚਿਕੜ ਬੜਾ ਉਧਰ ਨਹੀਂ ਹਾਲ ਨੇ ਇਹ ਹਾਲ ਆਸੀ ਪੰਜਾਬ ਦੇ ਗਰਾਊਂਡ ਰਿਪੋਰਟਾਂ ਤੁਹਾਨੂੰ ਤਾਂ ਦਿਖਾ ਰਿਹਾ ਚੋਣਾ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਇਹ ਗੱਲ ਜ਼ਰੂਰ ਸੁਣਨਾ ਜਿਨ੍ਹਾਂ ਕੋਲੇ ਵੱਡੀਆਂ-ਵੱਡੀਆਂ ਗੱਲਾਂ ਵੱਡੇ-ਵੱਡੇ ਲੈਕਚਰ ਵੱਡੇ-ਵੱਡੇ ਵਿਦਵਾਨੀ ਘੋਟਣੀ ਸਾਰੀਆਂ ਪਾਰਟੀਆਂ ਕੋਲ ਵਿਦਵਾਨ ਲੀਡਰ ਵੀ ਨੇ ਸਾਰੀਆਂ ਪਾਰਟੀਆਂ ਕੋਲੇ ਆਪਦੇ ਆਪ ਨੂੰ ਵਿਜ਼ਨਰੀ ਕਹਾਉਣ ਵਾਲੇ ਲੀਡਰ ਵੀ ਨੇ ਜੇ ਕਿਤੇ ਪੰਜਾਬ ਦੀ ਕੋਈ ਗੱਲ ਸੁਣ ਲੈਣ ਜਾਂ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਸੁਣ ਲੈਣ ਸ਼ਾਇਦ ਇਹ ਹਾਲ ਲੋਕਾਂ ਦਾ ਨਾ ਹੋਵੇ ਲੋਕ ਵਿਚਾਰੇ ਨਿਰਾਸ਼ ਨੇ ਲੋਕ ਨਿਰਾਸ਼ ਨੇ ਇਸ ਗੱਲ ਕਰਕੇ ਲੋਕਾਂ ਨੂੰ ਲੱਗਦਾ ਕਿ ਸਾਡੇ ਮਸਲੇ ਕਦੇ ਸਰਕਾਰਾਂ ਨੇ ਹੱਲ ਨਹੀਂ ਕੀਤੇ ਤੇ ਨਾ ਹੀ ਸਰਕਾਰਾਂ ਕਰਨ ਲਈ ਸੀਰੀਅਸ ਨੇ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਲੋਕਾਂ ਕਰਕੇ ਚਲਦੀਆਂ ਨੇ ਲੋਕਤੰਤਰੀ ਸਰਕਾਰਾਂ ਕਰਕੇ ਨਹੀਂ ਚੱਲਦਾ ਜ਼ਰੂਰ ਸਰਕਾਰ ਲੋਕ ਇਹਨਾਂ ਇਹਨਾਂ ਲੋਕਾਂ ਦੀ ਗੱਲ ਸੁਣੇ ਤੇ ਮਸਲੇ ਦਾ ਹੱਲ ਕਰੇ ਕੈਮਰਾਮੈਨ ਪ੍ਰੋ ਪੰਜਾਬ ਟੀਵੀ ਮਕੌੜਾ ਪੱਤਨ ਗਰਦਾਸਪੁਰ